ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਅਧਿਆਪਕ ਦਿਹਾੜੇ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ। ਧਰਨਾ ਦੇਣ ਵਾਲੇ ਪ੍ਰੋਫੈਸਰਾਂ ਨੇ ਮੰਗ ਕੀਤੀ ਹੈ ਕਿ ਜੋ ਮੰਗਾਂ ਉਹਨਾਂ ਦੀਆਂ ਲਟਕਦੀਆਂ ਆ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ, ਉਹਨਾਂ ਨੂੰ ਪੂਰਾ ਕੀਤਾ ਜਾਵੇ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਧਿਆਪਕ ਦਿਹਾੜੇ ਤੇ ਕਾਲੇ ਰਿਬਨ ਬਣ ਕੇ ਰੋਸ ਜ਼ਾਹਿਰ ਕਰ ਰਹੇ। ਪ੍ਰੋਫੈਸਰਾਂ ਦੀਆਂ ਕੁਝ ਮੰਗਾਂ ਨੇ ਜਿਨ੍ਹਾਂ ਨੂੰ ਸੂਬਾ ਸਰਕਾਰ ਲਗਾਤਾਰ ਲਟਕਾ ਰਹੀ। ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ, ਪਰ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਨਾਲ ਵਾਅਦੇ ਕਰਕੇ ਮੁੱਕਰ ਰਹੀਆਂ ਨੇ। ਅੱਜ ਅਸੀਂ ਟੀਚਰ ਡੇ ਤੇ, ਜਿਹੜਾ ਕਿ ਸਾਡੇ ਵਾਸਤੇ ਸਨਮਾਨ ਦਿਵਸ ਹੈ, ਪਰ ਅਸੀਂ ਉਸਨੂੰ ਅਜੇ ਰੋਸ ਪ੍ਰਦਰਸ਼ਨ ਦੇ ਦਿਨ 'ਤੇ ਮਨਾ ਰਹੇ ਹਾਂ, ਕਿਉਂਕਿ ਸਾਡੀ ਬਹੁਤ ਹੀ ਲੌਂਗ ਪੈਂਡਿੰਗ ਜਿਹੜੀ ਡਿਮਾਂਡ ਹੈਗੀ ਹੈ, ਸਾਡੇ ਪੇ ਸਕੇਲ ਹੈ ਜਿਹੜੇ ਕਿ ਪੂਰੇ ਇੰਡੀਆ, ਈਵਨ ਪੂਰੇ ਪੰਜਾਬ ਦੇ ਵਿੱਚ ਹਰੇਕ ਇੰਪਲਾਈ ਨੂੰ ਮਿਲ ਚੁੱਕੇ ਹੈ, ਜੋ ਕਿ 2016 ਤੋਂ ਡਿਊ ਹੈ, ਉਹ ਸਾਨੂੰ ਹਜੇ ਤੱਕ ਵੀ ਨਹੀਂ ਮਿਲੇ ਹੈਗੇ ਆ। ਅਤੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹੈਗੇ ਹਾਂ ਕਿ ਵੀ ਸਾਡੇ ਵੀ 200-250 ਜਿਹੜੇ ਇੰਪਲਾਈਜ਼ ਹੈਗੇ ਆ ਪੂਰੇ ਇੰਡੀਆ ਜਾਂ ਪੂਰੇ ਪੰਜਾਬ ਦੇ ਵਿੱਚੋਂ, ਇਹਨਾਂ ਪੇ ਸਕੇਲ ਦਿੱਤਾ ਜਾਵੇ, ਕਿਉਂਕਿ ਇੱਥੇ ਲੋਕਾਂ ਨੂੰ ਆਲਰੇਡੀ ਸੈਲਰੀ ਨਹੀਂ ਮਿਲ ਰਹੀਆਂ, ਪੇ ਸਕੇਲ ਨਹੀਂ ਮਿਲ ਰਿਹਾ, ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਨਿਰਾਸ਼ਾ ਹੈ, ਟੀਚਰਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਹੈਗੀ ਆ। ਅਤੇ ਜੇ ਇੱਦਾਂ ਨਿਰਾਸ਼ ਹੋਏਗਾ ਤਾਂ ਉਹ ਟੀਚਰ ਟੀਚਰ ਡੇ ਕੀ ਬਣਾਏਗਾ, ਕਲਾਸਾਂ ਦੇ ਵਿੱਚ ਕੀ ਪੜ੍ਹਾਏਗਾ, ਅਤੇ ਇਸ ਕਰਕੇ ਅਸੀਂ ਅੱਜ ਜਿਹੜਾ ਕਿ ਵੈਸੇ ਤਾਂ ਜਿਹੜਾ ਪੇ ਸਕੇਲ ਮਿਲਣਾ ਉਹ ਪੰਜਾਬ ਦਾ 6ਵਾਂ ਪੇ ਸਕੇਲ ਹੈ, ਪਰ ਸਾਨੂੰ ਕਿਉਂਕਿ ਸੈਂਟਰ ਦੇ ਨਾਲ ਮਿਲਦੇ ਹੈਗੇ ਆ ਔਰ ਗੌਰਮੈਂਟ ਪੰਜਾਬ ਗੌਰਮੈਂਟ ਦੇ ਨਾਮ ਦਾ ਸਾਡਾ 7ਵਾਂ ਪੇ ਸਕੇਲ ਹੈਗਾ ਜਿਹੜਾ ਕਿ ਮਿਲਿਆ UGC ਵੱਲੋਂ ਦਿੱਤਾ ਗਿਆ ਹੈਗਾ, ਉਹ ਸਾਨੂੰ ਨਹੀਂ ਮਿਲਿਆ ਗਿਆ। ਪ੍ਰੋਫੈਸਰਾਂ ਦਾ ਇਹ ਵੀ ਕਹਿਣਾ ਹੈ ਕਿ ਗਲਤ ਨੀਤੀਆਂ ਕਰਕੇ ਅੱਜ ਸਿੱਖਿਆ ਦਾ ਮਿਆਰ ਲਗਾਤਾਰ ਡਿੱਗਦਾ ਜਾ ਰਿਹਾ। ਅਧਿਆਪਕਾਂ ਨੂੰ ਉਹਨਾਂ ਦਾ ਸਹੀ ਮਿਹਨਤਾਨਾ ਨਹੀਂ ਮਿਲਦਾ ਤੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਆਪਣੇ ਹੱਕਾਂ ਦੀ ਲੜਾਈ ਲੜਦੇ। ਇਦਾਂ ਹੀ ਆਪਣੇ ਸਰਦਾਰ ਬੇਅੰਤ ਸਿੰਘ ਯੂਨੀਵਰਸਿਟੀ ਗੁਰਦਾਸਪੁਰ ਹੈ, ਇੱਥੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਹੈਗੀ, ਇਸ ਤਰੀਕੇ ਨਾਲ ਮਲੋਟ ਦੇ ਵਿੱਚ ਵੀ ਜਿਹੜਾ ਇੰਸਟੀਟਿਊਟ ਨੂੰ ਨਹੀਂ ਮਿਲਿਆ ਉਹ ਇਸੇ ਤਰੀਕੇ ਨਾਲ ਸਾਰੀ ਜਗ੍ਹਾ 'ਤੇ ਪ੍ਰਦਰਸ਼ਨ ਕਰ ਰਿਹਾ, ਤਾਂ ਕਿ ਸਟੇਟ ਲੈਵਲ ਦਾ ਪ੍ਰਦਰਸ਼ਨ ਕਰਕੇ ਅਸੀਂ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹਨੂੰ ਜਗਾਇਆ ਜਾ ਸਕੇ। ਤਾਂ ਬਿਲਕੁਲ ਅੱਜ ਸਰਕਾਰ ਤੋਂ ਮੰਗ ਕਰ ਰਹੇ ਹੈਗੇ ਆ ਕਿ ਪੇ ਸਕਿੱਲ ਜਿਹੜਾ ਹੈ ਉਹ ਦਿੱਤਾ ਜਾਵੇ, ਹਾਲਾਂਕਿ ਅੱਗੇ ਵੀ ਲਾਗੂ ਹੋਣਾ ਹੈ ਤਾਂ ਉਸ ਤੋਂ ਪਹਿਲੇ ਜਿਹੜਾ ਉਹ ਦਿੱਤਾ ਜਾਵੇ, ਇਹ ਮੰਗ ਕਰ ਰਹੇ। ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਅਧਿਆਪਕ ਦਿਹਾੜੇ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ। ਧਰਨਾ ਦੇਣ ਵਾਲੇ ਪ੍ਰੋਫੈਸਰਾਂ ਨੇ ਮੰਗ ਕੀਤੀ ਹੈ ਕਿ ਜੋ ਮੰਗਾਂ ਉਹਨਾਂ ਦੀਆਂ ਲਟਕਦੀਆਂ ਆ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ, ਉਹਨਾਂ ਨੂੰ ਪੂਰਾ ਕੀਤਾ ਜਾਵੇ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਧਿਆਪਕ ਦਿਹਾੜੇ ਤੇ ਕਾਲੇ ਰਿਬਨ ਬਣ ਕੇ ਰੋਸ ਜ਼ਾਹਿਰ ਕਰ ਰਹੇ। ਪ੍ਰੋਫੈਸਰਾਂ ਦੀਆਂ ਕੁਝ ਮੰਗਾਂ ਨੇ ਜਿਨ੍ਹਾਂ ਨੂੰ ਸੂਬਾ ਸਰਕਾਰ ਲਗਾਤਾਰ ਲਟਕਾ ਰਹੀ। ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ, ਪਰ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਨਾਲ ਵਾਅਦੇ ਕਰਕੇ ਮੁੱਕਰ ਰਹੀਆਂ ਨੇ। ਅੱਜ ਅਸੀਂ ਟੀਚਰ ਡੇ ਤੇ, ਜਿਹੜਾ ਕਿ ਸਾਡੇ ਵਾਸਤੇ ਸਨਮਾਨ ਦਿਵਸ ਹੈ, ਪਰ ਅਸੀਂ ਉਸਨੂੰ ਅਜੇ ਰੋਸ ਪ੍ਰਦਰਸ਼ਨ ਦੇ ਦਿਨ 'ਤੇ ਮਨਾ ਰਹੇ ਹਾਂ, ਕਿਉਂਕਿ ਸਾਡੀ ਬਹੁਤ ਹੀ ਲੌਂਗ ਪੈਂਡਿੰਗ ਜਿਹੜੀ ਡਿਮਾਂਡ ਹੈਗੀ ਹੈ, ਸਾਡੇ ਪੇ ਸਕੇਲ ਹੈ ਜਿਹੜੇ ਕਿ ਪੂਰੇ ਇੰਡੀਆ, ਈਵਨ ਪੂਰੇ ਪੰਜਾਬ ਦੇ ਵਿੱਚ ਹਰੇਕ ਇੰਪਲਾਈ ਨੂੰ ਮਿਲ ਚੁੱਕੇ ਹੈ, ਜੋ ਕਿ 2016 ਤੋਂ ਡਿਊ ਹੈ, ਉਹ ਸਾਨੂੰ ਹਜੇ ਤੱਕ ਵੀ ਨਹੀਂ ਮਿਲੇ ਹੈਗੇ ਆ। ਅਤੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹੈਗੇ ਹਾਂ ਕਿ ਵੀ ਸਾਡੇ ਵੀ 200-250 ਜਿਹੜੇ ਇੰਪਲਾਈਜ਼ ਹੈਗੇ ਆ ਪੂਰੇ ਇੰਡੀਆ ਜਾਂ ਪੂਰੇ ਪੰਜਾਬ ਦੇ ਵਿੱਚੋਂ, ਇਹਨਾਂ ਪੇ ਸਕੇਲ ਦਿੱਤਾ ਜਾਵੇ, ਕਿਉਂਕਿ ਇੱਥੇ ਲੋਕਾਂ ਨੂੰ ਆਲਰੇਡੀ ਸੈਲਰੀ ਨਹੀਂ ਮਿਲ ਰਹੀਆਂ, ਪੇ ਸਕੇਲ ਨਹੀਂ ਮਿਲ ਰਿਹਾ, ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਨਿਰਾਸ਼ਾ ਹੈ, ਟੀਚਰਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਹੈਗੀ ਆ। ਅਤੇ ਜੇ ਇੱਦਾਂ ਨਿਰਾਸ਼ ਹੋਏਗਾ ਤਾਂ ਉਹ ਟੀਚਰ ਟੀਚਰ ਡੇ ਕੀ ਬਣਾਏਗਾ, ਕਲਾਸਾਂ ਦੇ ਵਿੱਚ ਕੀ ਪੜ੍ਹਾਏਗਾ, ਅਤੇ ਇਸ ਕਰਕੇ ਅਸੀਂ ਅੱਜ ਜਿਹੜਾ ਕਿ ਵੈਸੇ ਤਾਂ ਜਿਹੜਾ ਪੇ ਸਕੇਲ ਮਿਲਣਾ ਉਹ ਪੰਜਾਬ ਦਾ 6ਵਾਂ ਪੇ ਸਕੇਲ ਹੈ, ਪਰ ਸਾਨੂੰ ਕਿਉਂਕਿ ਸੈਂਟਰ ਦੇ ਨਾਲ ਮਿਲਦੇ ਹੈਗੇ ਆ ਔਰ ਗੌਰਮੈਂਟ ਪੰਜਾਬ ਗੌਰਮੈਂਟ ਦੇ ਨਾਮ ਦਾ ਸਾਡਾ 7ਵਾਂ ਪੇ ਸਕੇਲ ਹੈਗਾ ਜਿਹੜਾ ਕਿ ਮਿਲਿਆ UGC ਵੱਲੋਂ ਦਿੱਤਾ ਗਿਆ ਹੈਗਾ, ਉਹ ਸਾਨੂੰ ਨਹੀਂ ਮਿਲਿਆ ਗਿਆ। ਪ੍ਰੋਫੈਸਰਾਂ ਦਾ ਇਹ ਵੀ ਕਹਿਣਾ ਹੈ ਕਿ ਗਲਤ ਨੀਤੀਆਂ ਕਰਕੇ ਅੱਜ ਸਿੱਖਿਆ ਦਾ ਮਿਆਰ ਲਗਾਤਾਰ ਡਿੱਗਦਾ ਜਾ ਰਿਹਾ।
ਅਧਿਆਪਕਾਂ ਨੂੰ ਉਹਨਾਂ ਦਾ ਸਹੀ ਮਿਹਨਤਾਨਾ ਨਹੀਂ ਮਿਲਦਾ ਤੇ ਅਧਿਆਪਕ ਬੱਚਿਆਂ ਨੂੰ ਪੜਾਉਣ ਦੀ ਬਜਾਏ ਆਪਣੇ ਹੱਕਾਂ ਦੀ ਲੜਾਈ ਲੜਦੇ। ਇਦਾਂ ਹੀ ਆਪਣੇ ਸਰਦਾਰ ਬੇਅੰਤ ਸਿੰਘ ਯੂਨੀਵਰਸਿਟੀ ਗੁਰਦਾਸਪੁਰ ਹੈ, ਇੱਥੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਹੈਗੀ। ਇਸ ਤਰੀਕੇ ਨਾਲ ਮਲੋਟ ਦੇ ਵਿੱਚ ਵੀ ਜਿਹੜਾ ਇੰਸਟੀਟਿਊਟ ਨੂੰ ਨਹੀਂ ਮਿਲਿਆ ਉਹ ਇਸੇ ਤਰੀਕੇ ਨਾਲ ਸਾਰੀ ਜਗ੍ਹਾ 'ਤੇ ਪ੍ਰਦਰਸ਼ਨ ਕਰ ਰਿਹਾ ਤਾਂ ਕਿ ਸਟੇਟ ਲੈਵਲ ਦਾ ਪ੍ਰਦਰਸ਼ਨ ਕਰਕੇ ਅਸੀਂ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹਨੂੰ ਜਗਾਇਆ ਜਾ ਸਕੇ। ਤਾਂ ਬਿਲਕੁਲ ਅੱਜ ਸਰਕਾਰ ਤੋਂ ਮੰਗ ਕਰ ਰਹੇ ਹੈਗੇ ਆ ਕਿ ਪੇ ਸਕਿੱਲ ਜਿਹੜਾ ਉਹ ਦਿੱਤਾ ਜਾਵੇ, ਹਾਲਾਂਕਿ ਅੱਗੇ ਵੀ ਲਾਗੂ ਹੋਣਾ ਹੈ ਤਾਂ ਉਸ ਤੋਂ ਪਹਿਲੇ ਜਿਹੜਾ ਉਹ ਦਿੱਤਾ ਜਾਵੇ, ਇਹ ਮੰਗ ਕਰ ਰਹੇ।